ਇਹ ਚਾਹੁੰਦਾ ਕਿ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਅਕਾਲੀ ਦਲ ਦੇ ਜਿਹੜੇ ਧਰਨੇ ਹੋਏ 200-250 ਤੋਂ ਵੱਧ ਕਿਸੇ ਧਰਨੇ ਚ ਬੰਦਾ ਹੈ ਨਹੀਂ ਸੀ। ਜਨਤਾ ਜਿਹੜੀ ਹੈ ਇਹਨਾਂ ਗੱਲਾਂ ਤੇ ਨਾ ਖੁਸ਼ ਹੁੰਦੀ ਹੈ। ਲੋਕਾਂ ਨੇ ਆਵਾਜਾਵੀ ਕਰਨੀ ਹੈ, ਲੋਕਾਂ ਦੇ ਆਪਣੇ ਜਿਹੜੇ ਕੋਈ ਕਾਰੋਬਾਰ ਦੇ ਕੰਮ ਹੁੰਦੇ ਆ, ਪੰਜਾਬ ਦੀ ਇਕਾਨਮੀ ਨੂੰ ਜਿਹੜੀ ਰੁਕਾਵਟ ਪੈਂਦੀ ਹੈ, ਤਾਂ ਲੋਕ ਜਿਹੜੇ ਇਸ ਗੱਲ ਤੇ ਨਾ ਖੁਸ਼ ਹੈ। ਔਰ ਵੈਸੇ ਵੀ ਹਾਈਕੋਰਟ ਨੇ ਬੜਾ ਸਖ਼ਤ ਨੋਟਿਸ ਲਿਆ ਔਰ ਹਾਈਕੋਰਟ ਦੇ ਕਹਿਣ ਤੇ ਪਰਚੇ ਵਗੈਰਾ ਵੀ ਦਰਜ ਹੋਏ ਆ। ਪਰ ਇਹ ਜਿਹੜਾ ਮੁਲਕ ਹੈ ਇਹ ਕਿਸੇ ਕਾਨੂੰਨ ਦੇ ਤਹਿਤ ਚੱਲਦਾ ਹੈ ਕਿ ਇਹ ਨਹੀਂ ਕਿ ਜਿਸ ਦਾ ਦਿਲ ਕਰੇ ਛੋਟੀ ਜੀ ਵੱਡੀ ਗੱਲ ਤੇ ਬਹਿ ਕੇ ਆਪਦਾ ਧਰਨਾ ਔਰ ਸੜਕ ਰੋਕ ਲੈ। ਜੇ ਅਕਾਲੀ ਦਲ ਦੀ ਗੱਲ ਚ ਕੋਈ ਵਜਨ ਹੁੰਦਾ ਤਾਂ ਅਕਾਲੀ ਦਲ ਨੂੰ 15 ਸੀਟਾਂ ਪੰਜਾਬ ਦੀ ਜਨਤਾ ਨੇ ਨਹੀਂ ਦੇਣੀਆਂ ਸੀ। ਜੇ ਅਕਾਲੀ ਦਲ ਦੀ ਗੱਲ ਚ ਕੋਈ ਵਜਨ ਹੁੰਦਾ ਤਾਂ ਅਕਾਲੀ ਦਲ ਤੇ ਬੀਜੇਪੀ 2 ਲੱਖ ਵੋਟਾਂ ਤੇ ਨਹੀਂ ਹਾਰਦੇ ਸੀ। ਲੋਕ ਜਿਹੜੇ ਹੈ ਇਸ ਕਿਸਮ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹੈ। ਲੋਕ ਚਾਹੁੰਦੇ ਹੈ ਰੋਜ਼ੀ ਰੋਟੀ ਦੇ ਮਸਲੇ ਹੈ, ਲੋਕਾਂ ਦੇ ਕਾਰੋਬਾਰ ਦੇ ਮਸਲੇ ਹੈ, ਲੋਕਾਂ ਦੇ ਰੁਜ਼ਗਾਰ ਦੇ ਮਸਲੇ ਹੈ। ਇਨ੍ਹਾਂ ਮਸਲਿਆਂ ਦਾ ਜਦੋਂ ਤੱਕ ਕੋਈ ਹੱਲ ਨਹੀਂ ਹੋਏਗਾ ਤਾਂ ਕੱਲਾ ਔਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੇ ਕੈਮਰੇ ਦੀਆਂ ਅੱਖਾਂ ਦੇ ਜ਼ਰੀਏ ਇਹ ਗੱਲ ਕਹਿਣੀ ਚਾਹੁੰਦਾ ਕਿ ਸਿਆਸਤ ਮੇਂ ਕਾਮਯਾਬੀ ਧਰਨੋਂ ਸੇ ਨਹੀਂ ਮਿਲਤੀ, ਕੁਛ ਕਰਨੇ ਸੇ ਮਿਲਤੀ ਹੈ।